अग लाउणियां जमी नहीं सुकदियां, बाली धुंद पैंदी है, एक रब जमी नहीं धुप कड़दा हैगा। जमी गिल्लियां पईयां ने, हुण तां धुप लगी ते सुकणगियां, ना इहनूं घरे लै जाण जोगियां अध गिल्लियां ईआं। कुड़े करमजीत, हां मलकीत, सुक गई कोई पाथी? नहीं भैणे, कित्थे सुकदियां ने पाथियां, तैनूं पता ही है, देखी किवें भिज्जियां पईयां ने तरेल नाल। ਲੈ ਦੱਸ, ਮੈਂ ਤਾਂ ਤੇਰੇ ਕੋਲ ਆਈ ਤੀ ਵੀ ਜੇ ਟੋਕਰਾ ਪਾਥੀਆਂ ਦਾ ਦੇ ਦੇਗੀ, ਆ ਮੇਰੀਆਂ ਪਾਥੀਆਂ ਤਾਂ ਜਮੀ ਨਹੀਂ ਸੁੱਕਦੀਆਂ ਹੈਗੀਆਂ, ਵੀ ਚੱਲ ਉਰੇ ਸੁੱਕੀਆਂ ਹੋਣਗੀਆਂ ਤੇ ਇੱਥੋਂ ਲੈ ਲੂੰਗੀ। ਨਹੀਂ ਕਿੱਥੇ ਮਲਕੀਤ, ਆ ਜਿਹੜੀਆਂ ਸੁੱਕੀਆਂ ਸੀ ਆ 2 ਕੁ ਦਿਨ ਧੁੱਪ ਲੱਗੀ ਸੀ ਉਦੋਂ ਮੈਂ ਇੱਥੋਂ ਨਹੀਂ ਲਿਜਾਈਆਂ ਗਈਆਂ, ਹੁਣ ਘਰੇ ਵੀ ਹੈ ਨਹੀਂ ਮੇਰੇ ਆਪਦੇ ਜੋਗੀਆਂ ਨੇ। ਚੱਲ ਭਾਈ ਬੱਠਲਕ ਤੂੰ ਲੈ ਜੀ ਉਹਦੇ 'ਚ, ਫਿਰ ਹੋਰ ਕੀ ਆ, ਧੁੱਪ ਪਤਾ ਨਹੀਂ ਕਦੋਂ ਨਿਕਲੂਗੀ ਆ, ਰੱਬ ਨੇ ਵੀ ਜਮੀ ਹੱਦੇ ਲਾ ਰੱਖੀ ਹੈ। ਹੋਰ ਬਾਹਲੀ ਧੁੰਦ ਡਿੱਗਦੀ ਹੈਗੀ, ਤਾਂ ਹੀ ਤਾਂ ਕਹਿਣੀ ਆ। ਵਧੀਆ ਠੀਕ ਠਾਕ ਕਰੇ? ਨਹੀਂ ਕੀ ਦੱਸਾਂ ਮਲਕੀਤ, ਕਾਹਦੀ ਠੀਕ ਹੈ, ਮੇਰੀ ਤਾਂ ਨਾ ਸੱਚੀ ਜੂਣ ਜਮੀ ਡੰਗਰਾਂ ਵਾਲੀ ਕਰ ਰੱਖੀ ਉਹਨੇ, ਪੀ ਕੇ ਮੂੰਹ ਤਾਂ ਬਸ ਬਿਸਤਰੇ 'ਚ ਪਿਆ ਰਹਿੰਦਾ, ਮੈਂ ਤਾਂ ਬਾਹਲੀ ਔਖੀ ਹੋ ਰਹੀ ਹੈਗੀ। ਕੀ ਦੱਸਾਂ ਤੈਨੂੰ ਮੈਂ, ਸਾਰਾ ਦਿਨ ਮੂਤ ਪੀਣ ਤੋਂ ਬਿਨਾਂ ਕੋਈ ਕੰਮ ਨਹੀਂ ਨਾ, ਹੁਣ ਟਾਈਮ ਹੀ ਦੇਖ ਲੈ, 12 ਵਜੇ ਪਏ ਨੇ, ਪੀ ਕੇ ਚਾਹ ਨਪੁੱਤਿਆਂ ਦਾ ਫੇਰ ਵੜ ਗਿਆ ਬਿਸਤਰੇ 'ਚ, ਨਹੀਂ ਹੋਰ ਤਾਂ ਹੋਰ ਵਿੱਚੇ ਮੁੱਤੀ ਆਉਂਦਾ ਰਹਿੰਦਾ ਬਿਸਤਰਿਆਂ 'ਚ। ਜਮੀ ਜੂਣ ਭੈੜੀ ਘਰ ਰੱਖੀ ਆਪਦੀ ਤੇ ਨਾ ਕੋਈ ਕੰਮ ਧੰਦਾ ਕਰਦਾ, ਕੀ ਕਰਾਂ, ਆਪ ਨੂੰ ਕਰਨਾ ਪੈਂਦਾ ਸਾਰਾ, ਨਾ ਖੇਤ ਬੰਨੇ ਜਾਂਦਾ ਨਾ ਡੰਗਰਾਂ ਦਾ ਕਰਵਾਉਂਦਾ ਨਾਲ। ਬਸ ਤਾਂ ਬਾਹਲੀ ਬੁਰਾ ਹੀਲਾ ਹੋਇਆ ਪਿਆਗਾ, ਆ ਮੇਰਾ ਵੀ ਦੇਖ ਲੈ, ਪਹਿਲਾਂ ਇਹੀ ਹਾਰ ਹੀਲਾ ਤੀ, ਆ ਜਿੱਦੇ ਦੀ ਮੈਂ ਬਾਬੇ ਕੋਲ ਜਾਣ ਲੱਗੀ ਆ ਨਾ, ਮੇਰੇ ਤਾਂ 12 ਨਿਆਰੇ ਹੋਏ ਪਏ ਨੇਗੇ, ਪੈਸੇ ਧਰ ਧਰ ਭੁੱਲਦੀਆਂਗੀ। ਦੇਖ ਲੈ, ਜਿਹੜਾ ਕੰਮ ਕਹਿੰਦੇ ਸਹੀ ਆ ਉਹ ਸਹੀ ਆ, ਜਿਹੜਾ ਕੰਮ ਕਹਿੰਦੇ ਗਲਤ ਆ ਉਹ ਤਾਂ ਗਲਤ ਆ, ਪੱਥਰ ਦੀ ਲਕੀਰ ਆ ਦੇਖ ਲੈ ਜਿਹੜੀ ਗੱਲ ਬਾਬਾ ਕਹਿ ਦਿੰਦਾ ਗਾ। ਅੱਛਾ, ਮੇਰੇ ਘਰ ਵਾਲੇ ਨੂੰ ਇੱਕ ਤਵੀਤ ਘੋਲ ਕੇ ਪਿਆਇਆ ਤੀ, ਦੇਖ ਲੈ ਉਸੇ ਨਾਲੇ ਮੇਰੇ ਅੱਗੇ ਪਿੱਛੇ ਘੁੰਮਦਾ ਫਿਰਦਾ ਗਾ, ਆ ਦੁਕਾਨ ਤੇ ਜਾਊਗਾ ਨਾ ਪਹਿਲਾਂ ਪੁੱਛੂਗਾ ਜੀ ਮੈਂ ਦੁਕਾਨ ਤੇ ਵਗ ਜਾ। ਅੱਛਾ ਸੱਚੀ ਮਲਕੀਤ, ਹੋਰ ਨੀ ਤਵੀਤ ਨਾ ਹੀ ਫਰਕ ਪੈ ਗਿਆ, ਹੋਰ ਤੇਰੇ ਬਾਅਦ ਆ ਕੇ ਮੈਂ ਝੂਠ ਮਾਰ ਦਿਆਂਗੀ, ਮੇਰੀ ਗੱਲ ਤੇ ਯਕੀਨ ਨਹੀਂ ਹੈਗਾ ਤੈਨੂੰ? ਨੀ ਯਕੀਨ ਤਾਂ ਬਥੇਰਾ, ਹਾਂ ਨੀ ਤੇਰੇ ਵਾਲਾ ਤਾਂ ਬਾਲਾ ਹੀ ਕੁਛ ਕਰਦਾ ਹੁੰਦਾ ਸੀ ਹਨਾ, ਹੋਰ ਤੇ ਸੱਚੀ ਫਰਕ ਪੈ ਗਿਆ ਉਹਨੂੰ? ਲੈ ਦੱਸ, ਹੁਣ ਤੇ ਯਕੀਨ ਕਰਨਾ ਕਰ ਲੈ, ਨਹੀਂ ਕਰਨਾ ਨਾ ਸੀ। ਨਹੀਂ ਭੈਣੇ, ਯਕੀਨ ਤਾਂ ਮੈਨੂੰ ਦੇਖ ਹੈਗਾ, ਮੈਂ ਵੀ ਦੇਖਦੀ ਹਾਂ ਹੁਣ, ਫਿਰ ਵੀ ਗਵਾਂਡ 'ਚ ਰਹਿੰਦੀਆਂ ਆਪਾਂ, ਬਥੇਰਾ ਫਰਕ ਪੈ ਗਿਆ, ਫਿਰ ਐਂ ਕਰ ਭੈਣੇ ਮੈਨੂੰ ਵੀ ਲੈ ਕੇ ਚੱਲ, ਮੈਂ ਤਾਂ ਬਾਹਲੀ ਔਖੀ ਹਾਂ। ਨਹੀਂ ਤਾਂ ਹੀ ਤਾਂ ਤੇਰੇ ਕੋਲ ਗੱਲ ਛੇੜੀ ਆ, ਤੇਰਾ ਦੁੱਖ ਜਾਂ ਨਾ ਮੈਥੋਂ ਦੇਖਿਆ ਨਹੀਂ ਗਿਆ ਹੈਗਾ, ਫਿਰ ਤੂੰ ਚੱਲ ਮੇਰੇ ਨਾਲ, ਅੱਜ ਤੂੰ ਕੀ ਕਰਦੀ ਆ ਫਿਰ? ਨਹੀਂ ਮੇਰੇ ਤਾਂ ਕੰਮ ਹੀ ਪਏ ਨੇ ਬਥੇਰੇ, ਚੱਲ ਕੋਈ ਨਾ, ਕੰਮਾਂ ਨੂੰ ਤਾਂ ਫੇਰ ਹੁੰਦੇ ਰਹਿਣਗੇ, ਪਹਿਲਾਂ ਮੇਰਾ ਆਹ ਕੰਮ ਬਣ ਜੇ, ਫਿਰ ਚੱਲ ਗਏ ਆਪਾਂ ਅੱਜ ਹੀ। ਤੂੰ ਅੱਜ ਹੀ ਚੱਲਦੇ ਆ ਆਪਾਂ, ਤੂੰ ਹੋ ਤਿਆਰ, ਆ ਕੰਮ ਧੰਦੇ ਜੇ ਨਿਮੇੜ ਲੈ ਚੀਦੇ ਨੇ, ਫਿਰ ਆਪਾਂ ਚੱਲਦੇ ਆ ਬਾਬੇ ਕੋਲ। ਨਹੀਂ ਮੇਰੀ ਗੱਲ ਸੁਣ, ਕੰਮ ਧੰਦੇ ਨੂੰ ਮਾਰ ਗੋਲੀ, ਪਹਿਲਾਂ ਮੈਨੂੰ ਲੈ ਕੇ ਚੱਲ। ਇੱਕ ਗੱਲ ਹੋਰ, ਬਾਬੇ ਕੋਲ ਭੀੜ ਬਹੁਤ ਹੁੰਦੀ ਆ, ਬਾਹਲੀ ਕਰਨੀ ਵਾਲਾ ਬਾਬਾ ਹੈ, ਟਾਈਮ ਨਾਲੇ ਜਾਣਾ ਪਊਗਾ, ਕਿਤੇ ਇੱਥੇ ਨਾ ਕੰਮ ਜੇ ਕਰਦੀ ਫਿਰੀ ਜਾਈ। ਨਹੀਂ ਮੇਰੀ ਗੱਲ ਸੁਣ, ਨਾ ਨਾ ਤੂੰ ਚੱਲ, ਮੈਂ ਤਾਂ ਫੇਰ ਹੀ ਦੇਖੂੰਗੀ ਉਹਦਾ ਪਾਥੀਆਂ ਗੋਹੇ ਤਾਂ, ਚੱਲ ਆਪਾਂ ਪਹਿਲਾਂ ਚੱਲੀਏ ਉੱਥੇ। ਚੱਲ ਫਿਰ ਮੈਂ ਘਰੇ ਕੁੰਡਾ ਜਿੰਦਾ ਲਾਇਆ ਵਾਂ, ਫਿਰ ਮੈਂ ਜਾਂਦੀ ਹੋਈ ਤੈਨੂੰ ਮਾੜਾ ਜਿਹਾ ਘਰੇ ਪੁੱਛ ਲਈ ਕਿਤੇ। ਲੈ ਹੱਦ ਹੋ ਗਈ, ਮੈਨੂੰ ਬਾਬੇ ਦੇ ਜਾਣ ਤੋਂ ਰੋਕੂ ਕੋਈ, ਨਾਲੇ ਆਈ ਨਹੀਂ ਪਤਾ, ਉਹ ਤਾਂ ਬਾਬੇ ਦੀ ਸੇਵਾ ਕਰਾ ਰਿਹਾ ਹੋਵੇ ਬੈਠਾ। ਅੱਛਾ, ਹੋਰ ਲੈ ਫੇਰ ਤਾਂ ਮੈਨੂੰ ਜ਼ਰੂਰ ਲੈ ਕੇ ਚੱਲ ਮਲਕੀਤ ਉੱਥੇ। ਚੱਲ ਤੂੰ ਵਗ ਚੱਲ, ਮੈਂ ਤਾਂ ਤੈਨੂੰ ਬਾਰ ਬਾਰ ਕਹੀ ਜਾਂਦੀ ਆ, ਜਿੰਨਾ ਟਾਈਮ ਤੂੰ ਉਰੇ ਖਰਾਬ ਕਰਦੀ ਆ ਉਨੇ ਟਾਈਮ 'ਚ ਤੂੰ ਘਰੇ ਕੰਮ ਨਿਬੜ ਕੇ ਆ। ਮੈਂ ਆ ਗਈ ਬਸ, ਮੈਂ ਤਾਂ 5 ਮਿੰਟਾਂ 'ਚ ਆ ਗਈ, ਤੂੰ ਜਾ। ਚੰਗਾ, ਚੱਲ ਵਧ ਗਿਆ, ਮੈਂ ਵੀ ਜਾ, ਮੈਂ ਇਹਦੇ ਬਾਬੇ ਨਾਲ ਖਬਰਾਂ ਫਰਕ ਹੀ ਪੈ ਜੇ। ਮੁੰਡਾ ਵੀ ਨਾ ਆ ਜੇ, ਜੇ ਲਾਡੀ ਆ ਗਿਆ ਬਸ ਸਾਰਾ ਕੰਮ ਇੱਥੇ ਰਹਿ ਜਾਣਾ। ਕੁੜੇ ਆ ਜਾ ਭਾਈ, ਅੰਦਰ ਚਿਰ ਲਾਈ ਜਾਂਦੀ ਆ। ਆ ਗਈ ਮੰਮੀ, ਆ ਜਾ। ਕਿੱਥੇ ਜਾਂਦੇ ਵੈਸੇ ਆਪਾਂ? ਨਹੀਂ ਬੌੜੀਏ, ਟੋਕਦੇ ਨਹੀਂ ਹੁੰਦੇ, ਗਾਹਾਂ ਕੰਮ ਨਹੀਂ ਬਣਦਾ ਹੁੰਦਾ। ਫਿਰ ਦੱਸ ਦਿਓ ਕਿੱਥੇ ਜਾਂਦੇ ਆ। ਉਹ ਆਪਾਂ ਜਾਂਦੇ ਆ ਤੇਰੀ ਵਾਰੀ ਫਿਰਦੇ ਆ ਪੁੱਤ ਮੈਂ। ਅੱਛਾ, ਆਪਾਂ ਜਾਣਾ ਧੀਏ ਕਿਸੇ ਬਾਬੇ ਕੋਲੇ। ਬਾਬੇ ਤੇ ਮੈਨੂੰ ਤਾਂ ਵਿਸ਼ਵਾਸ ਨਹੀਂ ਹੈ, ਕਿਉਂ ਤਾਂ ਜਾਂਦੇ ਆ? ਉਹ ਇਹੋ ਜਿਹੇ ਬਾਬੇ ਹਰੇਕ ਥੋੜਾ ਹੁੰਦੇ ਨੇਗੇ, ਕਹਿੰਦੀ ਮੈਨੂੰ ਵਿਸ਼ਵਾਸ ਨਹੀਂ, ਇਹ ਤਾਂ ਬਾਬਾ ਹੀ ਵਾਲਾ ਵਧੀਆ ਕਰਨੀ ਧਰਨੀ ਦਾ ਮਾਲਕ ਹੈ ਬਾਬਾ। ਆ ਜਿਹੜਾ ਤੇਰਾ ਧੀ, ਇਹ ਬਾਹਰ ਦਾ ਕੰਮ ਨਹੀਂ ਨਾ ਬਣਦਾ, ਇਹ ਕੋਈ ਵਿੱਚ ਆਪਣੇ ਗੜਬੜ ਹੈਗੀ, ਠੀਕ ਹੈ? ਤੇ ਬਾਬਾ ਤਾਂ ਸਿੱਧੇ ਬਾਹਰਲੇ ਵੀਜ਼ੇ ਲਵਾਉਂਦਾ ਗਾ। ਵੈਸੇ ਮੈਨੂੰ ਤਾਂ ਵਿਸ਼ਵਾਸ ਨਹੀਂ ਹੈਗਾ, ਚੱਲ ਜੋ ਤੁਸੀਂ ਕਹਿੰਦੇ ਚੱਲ ਇੱਕ ਵਾਰੀ ਜਾ ਆਉਣੇ ਆਪਾਂ। ਤੂੰ ਮੇਰੇ ਨਾਲ ਜਾ ਕੇ ਤਾਂ ਦੇਖ, ਨਾਲੇ ਮੇਰੀ ਗੱਲ ਸੁਣ ਲੈ, ਕਿਤੇ ਲਾਡੀ ਵੀ ਨਾ ਇੱਧਰੋਂ ਆ ਜੇ, ਤੇ ਉਹਦੇ ਕੋਲੇ ਕੋਈ ਗੱਲ ਨਹੀਂ ਕਰਨੀ। ਜੇ ਆਪਾਂ ਨੂੰ ਪੁੱਛਣ ਲੱਗਾ ਵੀ ਕਿੱਥੇ ਜਾਂਦੀ ਹੋ, ਕੋਈ ਗੱਲ ਨਹੀਂ ਉਹਦੇ ਕੋਲ ਕਰਨੀ, ਆਪਾਂ ਕਹਿ ਦਾਂਗੇ ਮਾੜਾ ਜਿਹਾ ਪਿੰਡ 'ਚ ਡਿਪੂ ਆਇਆ ਹੋਇਆ ਨਾ, ਅਸੀਂ ਸੂਟ ਸੱਟ ਦੇਖ ਕੇ ਆਉਂਦੇ ਕੋਈ, ਠੀਕ ਹੈ? ਚੱਲ ਕੋਈ ਨਾ, ਆਪਾਂ ਹੀ ਕਹਿ ਦਾਂਗੇ ਫਿਰ। ਆ ਜਾ ਪੁੱਤ, ਚਲੋ। ਮੈਂ ਤਾਂ ਜਾ ਕੇ ਆਵਾਂ, ਕਹਿਣੀ ਹੈ ਮਾੜਾ ਜਿਹਾ ਨਿਗਾਹ ਰੱਖ ਕੇ ਘਰ ਤੇ। ਆ ਮਾੜਾ ਜਿਹਾ ਮੇਰੀ ਗੱਲ ਸੁਣ, ਬਾਹਰ ਵੱਲ ਜਿਆ ਕਰ, ਮਾੜਾ ਮੋਟਾ ਅੰਦਰ ਹੀ ਪਿਆ ਰਹਿੰਦਾ। ਕੀ ਹੋ ਗਿਆ ਮੇਰੇ ਸਾਰੀ ਲੰਕਰੇ, ਕਿਵੇਂ ਮਾਰਦੀ ਆ ਬੰਦਿਆਂ ਲੋਟ? ਨਾ ਮੇਰੀ ਗੱਲ ਸੁਣ, ਇੱਥੇ ਪੈ ਜਾ ਵਿਹੜੇ 'ਚ, ਸਾਰਾ ਦਿਨ ਅੰਦਰ ਪਿਆ ਰਹਿੰਦਾ ਹੈ, ਜਾਪੇ ਵਾਲੀ ਬੁੜੀ ਵਾਂਗੂ। ਜਾਨ ਨਿਕਲਦੀ ਹੈ ਜੇ ਮੈਂ ਪੈ ਗਿਆ 10 ਮਿੰਟ, ਕਿੱਧਰੋਂ ਆਈ ਹੈ ਤੂੰ? ਮੈਂ ਤਾਂ ਇੱਧਰ ਪਾਥੀਆਂ ਦੇਖਣ ਗਈ ਸੀ, ਕਿਹੜਾ ਸੁੱਕਦੀਆਂ ਨੇ, ਮੇਰੀ ਗੱਲ ਸੁਣ।
ਮੇਰੀ ਗੱਲ ਸੁਣ ਲਾ, ਮੈਂ ਕੰਮ ਜਾਣਾ ਤਾਂ ਇਹ ਕਿਤੇ ਨੀ ਨਿਕਲਣਾ, ਤੇਰੀ ਖੁੱਚ ਕੁੱਟ ਕੇ ਲਿਆਉ ਜਿੱਧਰ ਨੂੰ ਜਾਏਗੀ। ਨਾਲੇ 100 ਰੁਪਇਆ ਦੇ ਮੈਂ ਬੋਤਲ ਲਿਆਉਂਦਾ ਹੋਇਆ ਉੱਥੇ, ਥੋੜੇ ਜੇ ਵਿੱਚ ਪਾ ਕੇ ਹੋਰ ਪੈਸੇ ਥੋੜੇ ਜੇ ਪਏ ਨੇ। ਸਾਰੀ ਦਿਹਾੜੀ ਬਸ ਆਹੀ ਕੰਮ ਰੱਖੀ, ਆਹੀ ਪੀ ਜਾਈ ਤੂੰ ਸ਼ਰਾਬ ਸਾਰਾ ਦਿਨ, ਹੋਰ ਕੰਮ ਨਾ ਕਰੀ। ਤੇਰੇ ਪਿਓ ਦੀ ਪੀਣਾ ਹੈ, ਆਪਦੀ ਪੀਣਾ ਆਪਦੀ। ਆਹੋ ਪੀਣਾ ਮੇਰੇ ਪਿਓ ਦੀ ਵੀ, ਹਜੇ ਤਾਂ ਉਹਨਾਂ ਨੂੰ ਮੈਂ ਕੁਛ ਦੱਸਿਆ ਨਹੀਂ, ਜੇ ਦੱਸਤਾ ਨਾ ਤੇਰਾ ਗਾਟਾ ਲਾ ਦੇਣਗੇ, ਕਿਵੇਂ ਭੌਂਕਦਾ ਕੁੱਤਿਆਂ ਵਾਂਗੂ। ਦੱਸ ਦੇ ਫਿਰ, ਨਾਲੇ ਪਹਿਲਾਂ ਬਹੁਤ ਵਾਰ ਗਲ ਵੜਤਾ ਹੋਊ ਜੱਟ ਦਾ, ਹੈ ਮੇਰੇ ਸਾਰੇ ਕੀਸ਼ੀਆਂ ਕਰਾ ਕਰਾ ਤੈਨੂੰ ਕੀਸ਼ੀਆਂ। ਆਹੋ ਕਰਾਏਗਾ ਤੂੰ ਕੀਸ਼ੀਆਂ, ਜਾਨ ਤਾਂ ਨਾ ਇੱਕ ਵਾਰੀ ਵੱਜੀ ਨਾ ਦੇਲਾ ਸੈਂਕਲੀ ਤੇ ਬਿਠਾ ਦੇਣਗੇ। ਔਰ ਬਹੁਤ ਬੰਦੇ ਮਾਰੇ ਹੋਏ ਨੇ, ਬਹੁਤ ਬੰਦੇ ਦੱਬ ਤੇ ਮਾਰ ਕੇ ਉਹਨਾਂ ਨੇ। ਬਸ ਕਰ, ਮੈਥੋਂ ਨਹੀਂ ਤੇਰੇ ਨਾਲ ਕੁੱਤੇ ਪਕਾਈ ਹੁੰਦੀ, ਇੱਥੇ ਬਹਿ ਜਾ ਮਾੜੇ ਜੀ, ਘਰ ਦੀ ਨਿਗਾਹ ਰੱਖੀ। ਤੈਨੂੰ ਫਿਰ ਕੀ ਲੋੜ ਆ ਕੁੱਤੇ ਪਕਾਈ ਮਾਰਨ ਦੀ, ਤੂੰ ਜਨਾਨੀਆਂ ਨਾ ਮਾਰ, ਲੋਕਾਂ ਨਾ ਮਾਰ, ਕੁੱਤੇ ਪਕਾਈ ਲੋਕਾਂ ਦੇ ਬੰਦਿਆਂ ਨਾ ਮਾਰ। ਜਿੱਦੇ ਤੂੰ ਫੜੀ ਗਈ ਮੈਂ ਤੇਰਾ ਗਲ ਵੱਡੂ, ਮੇਰੀ ਗੱਲ ਯਾਦ ਰੱਖ। ਕੀ ਕਰ ਲੇਗਾ, ਕੀ ਕਰ ਲੇਗਾ ਤੂੰ, ਉਹਦੇ ਤੈਨੂੰ ਲੱਗ ਜੂ ਪਤਾ। ਮੈਂ ਤਾਂ ਮੇਰਾ ਸਾਲਾ 6 ਮਹੀਨਿਆਂ ਬਾਅਦ ਦਸੀ ਤੇ ਪੀਤੀ, ਪਤਾ ਨੀ ਨਾ ਪੀਤੀ, ਹਊਆ ਬਣਾ ਲਿਆ ਪੀਣ ਦਾ ਹੈ। ਚੰਗਾ ਬੇ ਜਾ ਦੇ ਨਾ, 100 ਘਰਾਂ ਚ ਸੁਣਦਾ ਕਿਉਂ ਮੇਰਾ ਜਲੂਸ। 100 ਘਰਾਂ ਚ ਸੁਣਦਾ ਜਲੂਸ ਤਾਂ ਤੂੰ ਕੱਢਦਾ ਮੇਰਾ, ਤੂੰ ਕੱਢਦਾ ਜਲੂਸ। ਮੈਂ ਕਿਤੇ ਨਹੀਂ ਖੜਨ ਜੋਗੀ ਛੱਡਿਆ, ਲੋਕਾਂ ਦੇ ਕਿਵੇਂ ਰੰਗੀ ਬਸਦੇ ਨੇ, ਤੂੰ ਮੈਨੂੰ ਇੱਥੇ ਕੁੱਤੇ ਨਾਲ ਲਗਾਤਾ। ਤੂੰ ਨਹੀਂ ਬਸਣ ਦਿੰਦੀ ਮੇਰੇ ਸਾਲਿਆਂ ਦੀ, ਏਕਲ ਬੈੜੀਏ, ਤੂੰ ਨਹੀਂ ਬਸਦੀ, ਤੜਕੀ ਆਡਾ ਲਾ ਲਿਆ। ਬਸ ਤੇਰਾ ਮੱਥਾ ਡੰਮਣ ਜਾਂਦੇ, ਤੇਰੀ ਸ਼ਰਾਬ ਛਡਾਉਣ ਨੂੰ। ਮੇਰਾ ਸਾਲਾ ਐਡਾ ਘਰ ਪਾ ਕੇ ਦਿੱਤਾ, ਉਹਦਾ ਤੇਰੇ ਯਾਦ ਨਹੀਂ ਹੈਗਾ ਵੀ ਘਰ ਬੰਨਤਾ ਮੇਰਾ। ਫਿਰ ਹੁਣ ਸੁਧਰ ਜਾ, ਹੁਣ ਸੁਧਰ ਜਾ, ਉਧਰ ਨੂੰ ਮੈਂ ਮੇਰਾ ਸਾਲਾ ਘਰ ਲਟਾਉਂਦਾ ਫਿਰਦਾ ਕਿਸੇ ਨੂੰ, ਹੈਂ ਘਰ ਲਟਾਤਾ ਬੇ, ਸਾਰਾ ਤਾਂ ਖੁੰਗਲ ਕਰਤਾ ਸਾਰਾ ਘਰ, ਹੈ ਪੀ ਪੀ ਕੇ ਮੂੰਹ ਤੇ ਤੂੰ ਮੈਨੂੰ ਨਾਤ ਪਾਇਆ ਕਰ। ਮੇਰੀ ਗੱਲ ਸੁਣ ਲੈ, ਇੱਥੇ ਬਹਿ ਜਾ, ਨਾਲੇ ਡੰਗਰਾਂ ਨੂੰ ਮਾਰ ਲਈ ਮੇਰਾ ਸਾਲਾ। ਮੈਂ ਤਾਂ ਪਊਆ ਪੀਣਾ, ਤੇਰੀਆਂ ਸੁਰਖੀਆਂ ਬਿੰਦੀਆਂ ਨੂੰ ਤਾਂ ਸਸਤਾ ਹੀ ਹੈ ਜਿਹੜਾ ਤੂੰ ਲਿਆਉਣੀ ਹੈ, ਥੱਬਾ ਸਮਾਨ ਮੂੰਹ ਵਾਲਾ, ਥੱਬਾ ਥੱਬਾ ਸਮਾਨ। ਪਾਗਲ ਜਿਹਾ, ਚਲੋ ਜੀਨ ਪਾਉਣ ਨੀ ਦਿੰਦੀ, ਜੀਨ ਪਾਉਣ ਨੀ ਦਿੰਦੀ, ਮੈਨੂੰ ਸੂਟ ਪਵਾਉਂਦੀ ਆ, ਸੂਟ ਪਵਾਉਂਦੀ ਆ, ਤੇਰੀ ਬੇਬੇ ਨੀ ਬੜੀ ਤਿਬੜੀ ਦੀ ਮੈਨੂੰ ਗੱਲ ਲਾਉਂਦੀ ਆ, ਬੇਬੇ ਦੀ ਬੜੀ ਤਿਬੜੀ ਚੰਨਾ। ਇੱਕ ਗੱਲ ਮੈਨੇ ਮੇਰੀ ਜਾ ਕੇ ਸੁਣੀ ਕਹਿੰਦਾ, ਨਹਿਰੋਂ ਪਾਰ ਬੰਗਲਾ, ਨਹਿਰੋਂ ਪਾਰ ਬੰਗਲਾ, ਪਵਾ ਦੇ ਹਾਣੀਆਂ ਵੇ ਨਹਿਰੋਂ ਪਾਰ ਬੰਗਲਾ, ਪਵਾ ਦੇ ਹਾਣੀਆਂ ਤੇਰੀ ਐਡਾ ਵੱਡਾ ਧੋਖਾ ਕੀਤਾ ਮੇਰੇ ਨਾਲ ਵੇ, ਬਿਨਾਂ ਕੰਬੋ ਉੱਡ ਜਾਏਗਾ, ਕੋਕਾ ਦੇ ਕੇ ਦਿਲ ਮੰਗਦਾ, ਮਰ ਜਾਣਾ ਬੜਾ ਹੀ ਸਤਾ, ਕੋਕਾ ਦੇ ਕੇ ਦਿਲ ਮੰਗਦਾ। ਬੈਠੋ ਬੈਠੋ, ਗਰਮੀ ਆ ਗਈ, ਮੈਨੂੰ ਤਾਂ ਸੱਚੀ ਗਰਮੀ ਆ ਗਈ। ਇੱਕ ਸੌਂਗ ਹੋਰ ਲਾ ਦੋ, ਇੱਕ ਸੌਂਗ ਹੋਰ ਲਾ ਦੋ ਪਲੀਜ਼। ਔਖਾ ਨਾ ਕੀਤੇ ਕਰੇ ਮੁੰਡਿਆ, ਤੈਨੂੰ ਗਾਰੇ ਹੱਥਾਂ ਦੀ ਮਿੱਠੀ ਚੋਰੀ, ਤੈਨੂੰ ਗਾਰੇ ਹੱਥਾਂ ਦੀ ਮਿੱਠੀ ਚੋਰੀ, ਔਖਾ ਨਾ ਕੀਤੇ ਕਰੇ ਮੁੰਡਿਆ। ਰਾਤ ਦਾਰੂ ਕੌਣ ਲੈ ਕੇ ਆਇਆ ਸੀ? ਤੂੰ ਲੈ ਆਤੀ?
दारू तो ठीक थी, मीट नहीं थी कम का, चिकन कौन लेके आया? बहुत बेकार चिकन सी, मीट तो मना मोटा के एफ सी जाया करो उठो लेके आया करो बहुत बहुत आ गया। चल बाबा साहब लिया कर कपड़ा कर देने दोनों कहो हो गए, चल जाने किथे कपड़ा करके कि कर लान गे 500-400 का कर लान गे मांड जी देख ल उरे तक लैन लगी भी होंगी बाबे के मत्था टेकन वाली की उरे तो पैर धरन थानी होंगे इधर गड्डियां इधर गड्डियां देख ला पूरी भीड़ होंगी है। सत श्रीकाल भैने मैं तो ठीक हाँ तुम दसो जिदे बाबे ते जान लगी है ना तर तर भुल दिया आ बाबा देख ला जेड़ी गल कह दे पत्थर दी लकीर है भैने मैं मानदी आगी ले देख ल तू मेरी गल यकीन नहीं करती आ सुन ला तेरी आंटी तो बाबे की तारीफ वैसे तो मैं विश्वास नहीं करती ये गल्लां दे बाकी चल जाके देख लांगे विश्वास तो पुत करना पैंदा जे विश्वास करांगे तां ही अपने काम बणनगे आ देख ला मेरा कोई हिले दी मेरा घर वज तू सुन तो पता ही है मैं तो की हिले ते गे मैं तो वाली विश्वास है हुण अगे तो देख ला उरे तक लैन लगी भी हुंदी आ मत्था टेकन वाले दी ओ जे तां बाबा ही वाला चंगा कहंदे ने मैं भी तारीफ सुन की तां मैं कुड़ी नूं लेके जानी आ नहीं मैनूं भी इन्ना पता नहीं सीगा उथे जाके देखी कन्ने डब्बे चाड़े हुए ने लोगों के जिन्हों के जवाक बाहर गए ने गे बाहर भग जाएगी वो तो मन के चली बाबे नू नहीं भैने मैं तो ये कहनी हाँ भी चल यदा कोई बाहर का बन सुब बन जूगा इन्ना पढ़ाई तो पैसा लाया गा कुड़ी बाहर भग जूगी कितने मर्जी कुछ कर ली असी सच्ची मत्थे रगड़ रगड़ सा जोर ला लिया सा कोई भी कम नहीं बनया हूँ चल आ बाबे जाके देख दें भैने जिमें तू कहनी मेरे कम बने ने चल की है कुड़ी दी भी सुन ले बाबा जाके देखने वाला काम नहीं हैगा भैने मन च पक्का पर 16 ने सच्ची गल लेगी बस पूरा होगा काम बनूंगा काम भैने बनूंगा चल बस ठीक है पुत ठीक है मम्मी चलती है मत्था टेक दिया बाबा जी मत्था टेक दिया बाबा मां मत्था टेक दिया परे नू रहो बोलो 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 चलो बोलो एक कुड़ी दा वीजा नहीं लगता वा भाई खड़ी हो जा भाई कुड़ी केड़ी है जल्दी करो हो जा भाई छेती रह जे वाओ मेरे आसन साहब आ तुसी जाना हां जी मेरी ये सरकार अच्छा की कीता तुसी पीटी किन्ने स्कोर ने 42 स्कोर ही ने 42 स्कोर
चलो क्या बाबा चलो थोड़े घर आले दा नाम की है नौ दसो भाई नौ दसो भाई आधार कार्ड आला नाम दसी कोड़े जिंदर है बाबा ओदा नाम ता जिंदर जिंदर जेते है ना जेते 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 लाओ फिर लाओ ना जेते लाओ हर दिन मेरी रीत जाते तू फिर केड़ा पिंड है थोड़ा बुगर है पिंड बुगर तहसील केड़ी पेंदी है संगरूर शराब पीण हटा दे बच्चे ऐ करो जेड़ा लेके आने प्रसाद दिंदा नु वंडो मैं 2 मिनट से आया ठीक है मैं जोड़ा दा रेडी करके मथा जोड़ा और साथियां नु मैं आया 1 मिनट से आया बस ठीक है बाबा कोई फर्क पाई बस मैं तो बाहर ही बैठा फर्क पऊ तू आ गई मेरे साला दिंदा ने अट मेरे दा सिर दुखण लाता कमा कमा कर देना नवे तो नवा से आपा हुन फोन नु नाम ओनु लाउंदे एजेंट जी नु हेलो हेलो किवें बढ़िया बढ़िया तू मासा हां बढ़िया ओ बागे दफ्तर आ हां दफ्तर पहुंच गया थी अच्छा अच्छा ओ मनु काम थी मड़ा या तेरे थई यार बस ओ साडे कोले यार एक केस आ जा गया यार 41 स्कोर ने कुड़ी दी ओदी लग जूगी पहला पीटी करी हुई आ फाइल लाउनी है हैं कनाडा दी कहंदी तो यार कनाडा दी कहंदी ना ना हैं कनाडा ना 55 आ नहीं लगदी बाबा अच्छा ਮਾਮਾ ਤੂੰ ਕਾਹਨੂੰ ਕਹਿੰਦੇ ਪੈਸੇ ਨਾ ਫਸਾ ਦੀ ਜਵਾਬ ਦੇ ਦੇ ਓਏ ਸਾਡੇ ਤਾਂ ਬਣਨਗੇ 2-4 ਹਜ਼ਾਰ ਯਾਰਾ ਸਮਝਦਾ ਨਹੀਂ ਤੂੰ ਦੇਖ ਲੈ ਫਿਰ ਜੇ ਤੈਨੂੰ ਲੱਗਦਾ ਉਪਰ ਇੱਧਰ ਤਾਂ ਪੈਸੇ ਫਸਣ ਵਾਲੀ ਗੱਲ ਆ ਪਰ ਵੀਜ਼ਾ ਪੂਜਾ ਨਹੀਂ ਆਉਂਦਾ ਇਸ ਬਾਰੇ ਅੱਛਾ ਚਲ ਆਪਾਂ ਜਿਹੜਾ ਵੀਜ਼ਾ ਲਿਆਉਣਾ ਆਪਾਂ ਤਾਂ ਕਹਿਣਾ ਹੀ ਆ ਯਾਰ ਕੇਰਾ ਆਉਂਦਾ ਨਹੀਂ ਹੈਗਾ ਫਿਰ ਨਾ ਨਾ ਜਮੀ ਨਹੀਂ ਆਉਂਦਾ ਵੀਜ਼ਾ ਪੂਜਾ ਨਹੀਂ ਆਉਂਦਾ ਇੱਥੇ ਇੰਗਲੈਂਡ ਕੁਛ ਨਾ ਕਿਤੋਂ ਦਾ ਨਹੀਂ ਆਉਂਦਾ ਕੱਟ ਨੇ ਹਾਂ ਤਾਂ ਵੀ ਨਹੀਂ ਆਉਂਦਾ ਕੁੜੀ ਜੀ ਦਾ ਹੱਲ ਹੋ ਗਿਆ ਹੁਣ ਸਰਾਬੀ ਵਾਲਾ ਕਿਹਨੂੰ ਲਾਵਾਂ ਫੋਨ ਯਾਰ ਓਏ ਹਾਂ ਸੱਚ ਲੈ ਬੁੱਕਰਾ ਤੋਂ ਕਿਤੇ ਆਇਆ ਤਾਂ ਹੈਗੀ ਇੱਥੇ ਸਾਲਾ ਇਹ ਆ ਪਿਆ ਹੈਲੋ ਹੈਲੋ ਬੁੱਕਰਾ ਤੋਂ ਬੋਲਦਾ ਬਾਈ ਹਾਂਜੀ ਕੌਣ ਜੀ ਅੱਛਾ ਮੈਂ ਵੀ ਇੱਥੋਂ ਹੀ ਬੋਲਦਾ ਕਿਤੋਂ ਲਵੇ ਲਾਉਣੇ ਹੋ ਮੈਂ ਯਾਰ ਇੱਕ ਕੰਮ ਤੀ ਮੜਾ ਤੇਰੇ ਥਾਈ ਵੱਡੇ ਭਾਈ ਬੋਲੋ ਜੀ ਉਹ ਤੁਹਾਡੇ ਪਿੰਡ ਜਿੰਦਰ ਹੈਗਾ ਜਿੰਦਰ ਕੋਈ ਆਮਲੀ ਦਾਰੂ ਦੂਰੂ ਜੀ ਵਾਲੀ ਪੀਂਦਾ ਹੋਵੇ ਜਿੰਦਰ ਹਾਂਜੀ ਹਾਂ ਹੈਗਾ 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 ਹਾਂ ਅੱਛਾ ਬੰਦਾ ਕਿਵੇਂ ਹੈ ਯਾਰ ਉਹ ਮੰਨ ਲਓ ਕਿ ਦਾਰੂ ਦੂਰੂ ਸੜਦਾ ਹੈ ਕਿ ਨਾ चंगा मेरे साला दोनों ही नाप हो गया कम वो कहता दारू नहीं छड़ता वो कहता बीजा नहीं लगता चल पढ़ाने पाठ कोई किने कढ़वाई सी हो खड़े हो मैं पूछा किने कढ़वाई सी खड़ी हो भाई नहीं 42 स्कोर किथे जाना कनेडा फिलहाल बेटा तुसी नहीं जा सकते नहीं तुसी यूक्रेन चले जाओ यूक्रेन तो लड़ाई लगी हुई है बाबा जी उत्थे मर जाना है ने कोई गल नहीं बेटा पोस्टपोन है थोड़ा काम हजे रुकावट आ रही है थोड़े काम च तुसी हजे नहीं जा सकते हो जू भाई हो जू काम डोलना तू हो जू बाबा जी कोई ना बड़ा ध्यान मार लो ऐ ना करो बड़ी औखना पढ़ाई सी मैं तो मिलती थोड़ा जे कट पढ़ाई है कोई गल नहीं हो जाना है कोई चक्कर नहीं थोड़ा सब्र करो हजे दे
ਕਰਮਾਂ ਦੇ ਵਿੱਚ ਜਹਾਜ਼ਾਂ ਦਾ ਸਫ਼ਰ ਨਹੀਂ ਹੈਗਾ। ਅੱਛਾ ਅੱਛਾ ਕੋਈ ਗੱਲ ਨੀ, ਬੈਠੋ ਬੇਟਾ ਬੈਠੋ, ਸਰ ਦਾ ਰੱਖੋ ਕੰਮ ਬਣੇਗਾ। ਚਲੋ ਜੀਤ ਜੀਤ ਲੱਗੀ ਆ ਵੀ ਤਾਕਦੇ ਰਹੋ। वाले जानी जानो दो तीन महीने लगातार ना टिंडी दे बीते चक रखे मेनू तां इन्नी दारू पींदा। तुसीं इदां करना, तुसीं उहनूं अपने कोल लेके आउणा, ठीक है? फिलहाल तुसीं हुण जाओ। पानी दे दो, मर गया मेरे साले। पानी ले दे रूं बसलेरी। हे भाई सेवरा फड़ा दे, हट जा, मार दा मैं लेऊं हाथ ने। ਪਰ ਜਾਂਦਾ ਬੜਾ ਡਗਦੀ ਏ, ਜਾ ਬਾਹਰ ਤਾਂ ਟੱਪ ਜਾਣ ਦੇ ਬੁੜੀਆਂ ਨੂੰ। ਗੇਟ ਲਾ ਕੇ ਆਓ, ਖੜਾ ਹੋ, ਹਲਕਾ ਵਾਂਗੂ ਪੈ ਜਾਣਾ ਲੱਡੂ ਨੂੰ। ਬਿਲਾਡੀ ਉਹ ਮੈਂ ਸਾਨੂੰ ਕੀ ਹੋ ਗਿਆ, ਪੱਟੀ ਕਰਾ ਰੱਖੀ ਉਹਦੇ। ਆ ਗਿਆ ਤੁਸੀਂ? ਹਾਂ। ਕਿੱਥੇ ਗਈਆਂ ਸੀ? ਵੇ ਪੁੱਤ ਅਸੀਂ ਕਿੱਥੇ ਜਾਣਾ, ਉਹ ਡੀਪੂ ਆਇਆ ਸੀ ਆਪਣੇ ਥਾਂ ਵਿੱਚ, ਅਸੀਂ ਕੱਪੜੇ ਦਾ ਦੇਖਣ ਵਾਗੇ ਸਾਂ। ਚੱਲ ਕੁੜੀ ਨੂੰ ਕੱਦਾ ਸੂਟੀ ਦਵਾ ਲਿਓ ਨੀ। ਮਾੜਾ ਮੋਟਾ ਵੱਡੀ ਮੈਨੂੰ ਤਾਂ ਪਰਾਂ ਕਰ ਜਾਂਦੀ ਆ, ਉਹ ਮੈਂ ਸਾਨੇ ਸਿੰਘਪ ਵਾਲੀ ਟੋਪੀ ਲਹਾ ਲਈ, ਪੱਟੀ ਕਰਾਈ ਆ ਹਾਰ ਕੇ। ਹਾਏ ਮੈਂ ਮਰ ਜਾਂ, ਮੈਨੂੰ ਭੁੱਲ ਗਈ ਪੁੱਤ ਨਾ ਪਰਿਆ ਉਰੇ ਬੰਨਣਾ। ਕਾਹਨੂੰ ਭੁੱਲ ਗਈ, ਮਾ ਦਾ ਧਿਆਨ ਹੀ ਨਹੀਂ ਤੇਰਾ, ਪਤਾ ਕਿੱਥੇ ਰਹਿੰਦਾ ਕਿੱਥੇ ਨਾ। ਚੱਲ ਮੈਨੂੰ ਉਹਦੇ ਬੋਲ, ਪੇਟੀ ਵਾਲਾ ਕਮਰਾ ਉਹ ਖੁੱਲਾ ਪਿਆ, ਇੱਥੇ ਭਾਂਡੇ ਲੈਂਦਾ ਕੋਈ ਚੱਕ ਕੇ? ਮਾੜਾ ਮੋਟਾ ਮੈਨੂੰ ਦੱਸਤਾ ਜਾਂਦੀਆਂ, ਫੋਨ ਤਾਂ ਕਰ ਜਾਂਦੀਆਂ ਮੈਨੂੰ। ਮੈਂ ਪੁੱਤੋ ਗਮਾਂਡਣਾ ਜਾਂਦੀਆਂ ਸੀ, ਕਹਿੰਦੀ ਟਿੱਪੂ ਆ ਗਿਆ ਆਪਣੇ ਵੀ ਆ ਜਾ ਜੀ ਕੋਈ ਕੱਪੜੇ ਜਿਹੜਾ ਦੇਖਣ ਆਗਾ। ਮੈਨੂੰ ਮੈਂ ਕਿਹਾ ਚੱਲ ਕੁੜੀ ਨੂੰ ਸੂਟ ਦਵਾ ਲਿਆ। ਦਿਖਾਓ ਲੈ ਕੀ ਲੈ ਕੇ ਆਈ ਹੋ, ਸਾਡੇ ਫਿੱਟ ਨਹੀਂ ਆਇਆ, ਕੀ ਕਰੀਏ, ਨਾਲੇ ਮਹਿੰਗੇ ਵਾਲੇ ਸੀਗੇ। ਪੈਸੇ ਕਿੱਥੋਂ ਲੈ ਕੇ ਗਈਆਂ ਸੀ? ਉਹ ਪੈਸੇ ਤਾਂ ਉਧਾਰ ਵੀ ਕਰ ਲੈਂਦਾ ਪੁੱਤ, ਦਾਰੂ ਨੀ ਬਾਲੀ ਪੀਂਦਾ। ਲੈ 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 ਬੈਠੀ ਰਹੀ ਸੀ। ਚੱਲ ਕੋਈ ਨਾ ਪੁੱਤ, ਪੜ ਲੂਗੀ ਬਥੇਰਾ, ਪੜ ਲੂਗੀ, ਇਸ ਤੋਂ ਬਾਅਦ ਪੜੂਗੀ, ਹੁਣ ਬਾਹਰ ਵਗ ਜੂਗੀ, ਮੜਾ ਟਾਈਮ ਲੱਗੂਗਾ। 5 ਲੱਖ ਰੁਪਿਆ ਰਿਫਿਊਜ਼ਲਾਂ ਚ ਖਰਾਬ ਕਰਾਤਾ। ਚੱਲ ਕੋਈ ਨਾ, ਨਿਆਣੀ ਆ। ਮੇਰੀ ਗੱਲ ਸੁਣ ਲਓ, ਅੱਜ ਤਾਂ ਬਾਕੀ ਆ, ਨਹੀਂ ਮੈਂ ਲਾਣੇਦਾਰ ਨੂੰ ਦੱਸੂਗਾ ਹੱਥ ਨੇ, ਅੱਜ ਤੋਂ ਬਾਅਦ ਨਾ ਜਾਇਓ। ਹਾਂ ਬਈ ਚੱਲ ਕੋਈ ਨਾ ਪੁੱਤ, ਤੇਰੇ ਪਿਓ ਨੂੰ ਨਾ ਦੱਸੀ ਤੂੰ, ਉਹਦਾ ਤਾਂ ਸਵਾ ਬਾਲੇ ਕੱਬਾ, ਨਾਲੇ ਮੇਰੇ ਤਾਂ ਕੁੱਟ-ਕੁੱਟ ਟੂਕਣਾ ਤੋੜ ਦੂਗਾ ਉਹ। ਅੱਛਾ ਮੈਨੂੰ ਐਂ ਦੱਸੋ, ਬਾਬੇ ਨੂੰ ਮੱਥਾ ਕਿੰਨਾ ਟੇਕਿਆ? ਕਿਹੜਾ ਟੇਕਿਆ ਬਾਬੇ ਨੂੰ ਮੱਥਾ, 500 ਰੁਪਇਆ ਟੇਕਿਆ ਸੀ ਨੇ। ਕਿੱਡੀ ਕਬੱਡੀ ਗੱਲ ਆ, 500 ਦੀ, 500 ਚ ਪੀ ਆਰ ਪਾਲਦੀਆਂ ਸੀ। ਹੈ ਉਹੀ ਫਿਰਦੀ ਮੂੰਹ ਚੱਕੀ, ਤੁਸੀਂ ਬਿਨਾਂ ਗੱਲ ਤੋਂ ਮੇਰੇ ਤੋਂ ਪੁੱਛ ਲੈਂਦੀਆਂ। ਮੈਂ ਚੱਲ ਕੋਈ ਨਾ ਪੁੱਤ, ਤੂੰ ਤਾਂ ਜਵਾਕਾਂ ਵਾਲੀਆਂ ਗੱਲਾਂ ਕਰੀ ਜਾਂਦਾ ਗਾ।
42 करोड़ ਤੇ ਕੌਣ ਦਿਊ ਵੀਜ਼ਾ ਤੁਹਾਨੂੰ ਬਾਬੇ ਨੇ ਕਹਿੰਦਾ ਮੈਂ ਦਵਾਉਂਗਾ ਹੋਰ ਬਾਬਾ ਕਹਿੰਦਾ ਬਾਬਾ ਦਾ ਕਿਤੇ ਤੁਹਾਨੂੰ ਸਿਟੀਜ਼ਨ ਨਾ ਦਵਾ ਦੇ ਚੱਲ ਨੀ ਕੁੜੀਏ ਇਹਦੇ ਤਾਂ ਇਹੀ ਗੱਲਾਂ ਰਹਿਣਗੀਆਂ ਓਏ ਫਿਰਦਿਆਂ ਨੇ ਤੁਰੀਆਂ ਘਰੇ ਕੰਮ ਕਰ ਲੋ ਕੋਈ ਲੱਗਦੀਆਂ ਬਾਬਿਆਂ ਦੀਆਂ ਬਾਬੇ ਨੇ ਉਹ ਦਾਰੂ ਪੀਣੇ ਮਲੰਗ ਮੇਰੇ ਹਲੇ ਦੋ ਦਿਨ ਤਾਂ ਮੇਰੇ ਨਾਲ ਪੜੇ ਨੇਗੇ ਲੱਗਦੀਆਂ ਬਾਬਿਆਂ ਦੀਆਂ ਬਾਬੇ ਹੁੰਦੇ ਨੇ ਸਾਧੂ ਸੰਤ ਕੋਈ ਕਰਨ ਵਾਲੇ ਮਹਾਂਪੁਰਸ਼ ਇਹ ਬਾਬੇ ਨੇਗੇ ਅੱਜ ਤਾਂ ਮੇਰੇ ਹਲੇ ਜਣਾ ਖਣਾ ਬਾਬਾ ਬਣਿਆ ਪਿਆ ਗਾ ਹਰ ਇੱਕ ਲਾਗਾਂ ਦਾ ਪੁੱਛਾ ਦੇਣ ਉਈ ਫਿਰਦਿਆਂ ਨੇ ਮੂੰਹ ਚੱਕੀ ਘਰ ਨੂੰ ਲੁਟਾ ਕਰ ਰੱਖਿਆ ਪੈਸਿਆਂ ਨੂੰ ਕਰਮੀ ਤਾਂ ਮੈਂ ਕਰਕੇ ਆਉਣਾ ਲੋਟ ਨਾਲੇ ਮੈਂ ਜਿੰਦਰ ਨੂੰ ਕਹਿ ਕਹਿਣਾ ਭਾਈ ਆਪਦੀਆਂ ਬੁੜੇ ਨੂੰ ਸਮਝਾ ਤੂੰ ਲੈ ਆਉਂਦੀਆਂ ਡਾਰਾਂ ਬੰਨ ਕੇ ਰੋਜ਼ ਠੀਕ ਹੈ ਚਾਹ ਪੀਏਗਾ ਚੂ ਪੀਏਗਾ ਚਾਹ ਤਾਂ ਯਾਰ ਮੈਂ ਹੁਣੀ ਪੀ ਕੇ ਆਇਆ ਹਜੇ ਉਹ ਡਾਕਟਰ ਆਇਆ ਸੀਗਾ ਉਹਨੂੰ ਕਰੀ ਸੀ ਮੈਂ ਲਿਆਉਣਾ ਖੜਜਾ ਨਾ ਉਹ ਕੋਈ ਨਾ ਬਾਜਾ ਬਾਜਾ ਤੂੰ ਬਾਜਾ ਕੋਈ ਨਾ ਬਾਜਾ ਉਹ ਨਹੀਂ 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 ਬਸ ਜਾਕ ਨਾ ਜਾਈ ਲੈ ਹੋਰ ਫਿਰ ਬਸ ਲੋਟ ਹੈ ਮੇਰੇ ਸਾਲੇ ਦੀ ਗਾਂ ਰੰਗੀ ਜਾਂਦੀ ਹੈ ਯਾਰ ਅੱਛਾ ਹੱਥ ਨੂੰ ਹੋ ਗਿਆ ਧਾਰਾਂ ਦਾ ਟਾਈਮ ਹੋ ਗਿਆ ਪਤਾ ਨਹੀਂ ਕਿੱਧਰ ਕਰਮਜੀਤ ਨਹੀਂ ਦੇਖੀ ਤੈਂ ਤੈਨੂੰ ਮੈਂ ਉਹੀ ਦੱਸਦਾ ਸਾਡੇ ਨੇ ਵੀ ਹਜੇ ਹੁਣੀ ਆਈਆਂ ਨੇ ਉਹਨਾਂ ਦੀ ਬੱਦਰੀ ਤਾਂ ਬਣਾਤੀ ਅਸੀਂ ਬਾਕੀ ਹੱਥ ਨੇ ਮੇਰੇ ਐਲਾਨੇਦਾਰ ਬਣਾ ਦੂਗਾ ਕਿੱਥੋਂ ਆਈਆਂ ਨੇ ਇਹ ਕਿਤੇ ਬਾਬੇ ਬੂਬੇ ਕੋਲ ਜਾਂਦੀਆਂ ਨੇ ਗੱਲ ਸੁਣ ਲਾ ਸਾਰੀ ਹੁਣ ਸਾਡੇ ਵਾਲੀ ਕੁੜੀ ਤਾਂ ਕੈਨੇਡਾ ਜਾਣ ਨੂੰ ਫਿਰਦੀ ਆ ਬੈਂਡ ਉਹਦੇ ਹੈ ਨੀ ਗੇ ਬਾਬਾ ਕਹਿੰਦਾ ਮੈਂ ਤੋਰ ਦੂੰ ਅੱਛਾ ਤੇ ਕਰਮਜੀਤ ਜਾਂਦੀ ਆ ਵੀ ਜਿੰਦਰ ਦਾਰੂ ਸੜ ਦੇ ਤੇ ਮੇਰੇ ਪਿੱਛੇ ਪਿੱਛੇ ਲੱਗਿਆ ਫਿਰੇ ਜਿਹੜਾ ਕੁਛ ਮੈਂ ਕਹਾਂ ਉਹੀ ਗੱਲ ਕਰੇ ਅੱਛਾ ਲੈ ਕੇ ਇਹਨਾਂ ਨੂੰ ਮਲਕੀਤ ਜਾਂਦੀ ਆ ਉਹ ਜਾਂਦੀ ਆ ਮੇਰੇ ਸਾਹਮਣੇ ਹਾਂ ਅੱਛਾ ਹੁਣ ਭਾਈ ਦੇਖ ਅਸੀਂ ਤਾਂ ਆਪਦੇ ਵਾਲੀਆਂ ਰੋਕ ਲਈਆਂ ਤੂੰ ਆਪਦੇ ਵਾਲੀ ਨੂੰ ਸਮਝਾ ਲਾ ਸਮਝਾਉਂਦਾ ਨੀ ਮੈਂ ਤੜਕੇ ਟਰੈਕਟਰ ਟਰਾਲੀ ਪਾ ਲਈ ਸਮਾਨ ਦਾ ਲੱਦ ਕੇ ਪਿੰਡ ਠੋਕਾਂਗੇ ਆਪਾਂ ਕਹਾਂਗੇ ਤਾਂ ਭਾਈ ਕਦੋਂ ਦੀ ਕਰਾਉਂਦੀ ਫਿਰਦੀ ਆ ਸਾਡੇ ਇਹ ਤਾਂ ਸਿਆਣੇ ਸੱਪਿਆਂ ਕੋਲੇ ਜਾਂਦੀ ਆ ਆਪਾਂ ਨਹੀਂ ਆਈ ਕਰਨਾ ਪਊ ਜਾਂ ਫਿਰ ਨਹੀਂ ਜਾਂ ਫਿਰ ਆਪਾਂ ਨੂੰ ਸਾਈ ਚ ਬੈਠਣਾ ਪਊ ਇਹ ਤਾਂ ਲਟਾ ਕਰ ਦੇਣਗੇ ਕਰਨਾ ਮਾਲਕਾਂ ਕਹਾਂਦੇ ਆਪਾਂ ਮਾਲਕਾਂ ਆਪਾਂ ਕੋ ਬੈਠੀਏ ਸਾਈਆਂ ਚ ਇਹ ਬੈਠਣ ਮੇਰੇ ਸਾਲੇ ਦੀਆਂ ਜਿਹੜਾ ਡੰਡਾ ਡੁੱਕ ਪਾਰਟੀ ਫਿਰਦੀ ਆ ਮੈਂ ਕਹਿਣਾ ਤੁਸੀਂ ਮਾੜਾ ਮੋਟਾ ਘਰੇ ਤਾਂ ਰਾਇ ਕਰੋ ਕਿਸ ਨਾਲ ਬੰਦਿਆਂ ਨੂੰ ਜ਼ੀਰੋ ਕਰਕੇ ਆਪ ਹੀਰੋ ਹੋਈਆਂ ਫਿਰਦੀਆਂ ਨੇ ਨਾਲੇ ਲਾਦੀਆਂ ਦੱਸ ਗਿਣੀ ਜਾਂਦੀਆਂ ਕਿਤੇ ਲੈ ਹੁਣ ਸਾਡੇ ਨੇ ਤੈਨੂੰ ਮੈਂ ਦੱਸਦਾ ਹੁਣ ਬੜੀਆਂ ਨਹੀਂ ਗਈਆਂ ਮੈਂ ਖੇਤ ਸੀਗਾ ਲਾਣੇਦਾਰ ਪਿਆ ਸੀ ਮੈਂ ਸਣੇ ਮਗਰੋਂ ਸਿੰਘ ਵਸਾਲੇ ਅੱਛਾ ਟੋਪੀ ਲੈ ਗਈ ਮੈਂ ਇਸ ਦੀ ਆ ਹੁਣ ਆਇਆ ਸੀ ਡਾਕਟਰ ਹੁਣ ਤੋਰਿਆ ਗਾ ਲੱਖ ਰੁਪਏ ਦੀ ਮੈਂ ਸੀਗੀ 95,000 ਦਾ ਵਪਾਰੀ ਲਾ ਗਏ ਸੀ ਹੁਣ ਮੇਰੇ ਹਾਲ ਦੀ ਕੱਟੇ ਵਾਲ ਨੂੰ ਵੇਚਣੀ ਪਊਗਾ ਕਾਟੂ ਮਾਲ ਚ ਭਰਤੀ ਹੋ ਗਈ ਉਹ ਲਾਡੀ ਓਏ ਪੁੱਛ ਨਾ ਯਾਰ ਜੇ ਘਰੇ ਬੁੜੀਆਂ ਹੁੰਦੀਆਂ ਲੈ ਪਤਾ ਤਾਂ ਲੱਗਦਾ ਮੈਸਾਂ ਭੜਪੀਆਂ ਆਪ ਹੀ ਹਟਾਉਂਦੀਆਂ ਨੇ ਬੋਲ ਮਾਰਦੇ ਸਿੰਗੀ ਵੱਢ ਦਿੰਦੇ ਆਪਾਂ ਜੰਦੇ ਕੁੰਡੇ ਵੀ ਨਹੀਂ ਲਾ ਕੇ ਗਈਆਂ ਆਈ ਬਾਗੀਆਂ ਵੱਡਾ ਗੇਟ ਲਾ ਕੇ ਜੰਦੇ ਕੁੰਡੇ ਦਾ ਦੇਖ ਲੈ ਤਾਂ ਮੈਂ ਬੈਠਾ ਘਰੇ ਨਹੀਂ ਹੁਣ ਨੂੰ ਜਿਹੜੀਆਂ ਦੋ ਜੁੱਲੀਆਂ ਦੀ ਲੈ ਜਾਂਦਾ ਚੱਕ ਕੇ ਚਿੱਟੇ ਵਾਲੇ ਫਿਰਦੇ ਨੇ ਸੂਟ ਹੁਣ ਦੇਖ ਜੇ ਤੂੰ ਆਪਦਾ ਘਰ ਬਚਾਉਣਾਗਾ ਕਰਮੀਤ ਨੂੰ ਭਾਈ ਰੋਕ ਲਾ ਕਰਮਜੀਤ ਤਾਂ ਰੁਕ ਗਈ ਨਹੀਂ ਬਸ ਫਿਰ ਮਲਕੀਤ ਵਾਂਗੂ ਗੱਲਾਂ ਹੋਣਗੀਆਂ ਜੀ ਕਰਮਜੀਤ ਦਾ ਚੱਪਣੀ ਭੰਨੂ ਅੱਜ ਮੈਂ ਆ ਜਾਣ ਦਿਓ ਬਸ ਠੀਕ ਹੈ ਬਸ ਠੀਕ ਹੈ ਆਪਾਂ ਮਲਕੀਤ ਕੇ ਸਨੇਹਾ ਲਾ ਦਾਂਗੇ ਵੀ ਜੇ ਤਾਂ ਭਾਈ ਇਹਦੇ ਨੱਥ ਪੈਂਦੀ ਆ ਪਾ ਲਓ ਟੂਣਾ ਨੀ ਕਰਦੀਆਂ ਇਹ ਤਾਂ ਤੈਨੂੰ ਪਤਾ ਪਾਰਾ ਪੂਰਾ ਦੇ ਦੇਣ ਤੇਰਾ ਉਂਕੋ ਕਾ ਜੱਤਾ ਕਰਦਾਂ ਮਲਕੀਤ ਦਾ ਦੇਖ ਨਾ ਤਾਂ ਸਾਡੇ ਨਾਲ ਆਉਂਦੀ ਆ ਉਹ ਵਾਲੀ ਠੀਕ ਆ ਨਾ ਸਾਡੀ ਉਹਦੇ ਨਾਲ ਬੋਲ ਬਾਣੀ ਆ ਲੈ ਕੇ ਸਾਡੇ ਨੂੰ ਤਾਂ ਕਰਮਜੀਤ ਗਈ ਆ ਨੀ ਪਤਾ ਖੂਬ ਕੱਢਦੀ ਹੋਵੇ ਮਲਕੀਤ ਤਾਂ ਵੀ ਇਹਨਾਂ ਨੂੰ ਕੇਰਾਂ ਲਾ ਕੁਛ ਵੀ ਆ ਚਾਹੀਦੀ ਅਸੀਂ ਤੁਹਾਡੇ ਘਰੇ ਲਾਂਬਾ ਤਾਂ ਦੇਣ ਆਵਾਂਗੇ ਵੀ ਸਾਡੇ ਵਾਲੇ ਨੂੰ ਕਰਮਜੀਤ ਲੈ ਕੇ ਗਈ ਆ ਮਹਾ ਤੂੰ ਹੁਣ ਯਾਰ ਜਾ ਕੇ ਮੈਂ ਮਲਕੀਤ ਕੇ ਵੀ ਆਊਂਗਾ ਹੱਕ ਬਣਦਾ ਭਾਈ ਜਾਊ ਮੈਂ ਵੀ ਦੇਖ ਉਹਨੂੰ ਆ ਜਾਣ ਦੇ ਹੈ ਨਾਲੇ ਐ ਮੇਰਾ ਸਾਲਾ ਕਿਹੜਾ ਬਾਬਾ ਹਟਾ ਲੂ ਲੈ ਮੈਨੂੰ ਪੀਣ ਨੂੰ ਆਪਾਂ ਯਾਰ ਪੀ ਕੇ ਕਿਸੇ ਨਾਲ ਲੜਦੇ ਆ ਉਹੀ ਤਾਂ ਲੜੀ ਅੱਜ ਤੱਕ ਮੈਂ ਲੜਿਆ ਪੀ ਕੇ ਦਰੂ ਕਿਸੇ ਨਾ ਨਾ ਭਾਈ ਮੈਂ ਆਪਾਂ ਉਹੀ ਕਿਉਂ ਕਹਿੰਦੇ ਹੁਣ ਦੇਖ ਖਰਾਬੀ ਕਰੀ ਜਿਹਦੇ ਵਿਆਹ 'ਚ ਜਾਣਾ ਦੇਖ ਤੂੰ ਮੁੱਕੀਆਂ ਖਾ ਕੇ ਆਉਣਾ ਚੱਲ ਤੂੰ ਮੈਨੂੰ ਇੱਕ ਗੱਲ ਦੱਸ
तू हरेक ब्याह च जान सारी क्यों डक लैना सलामी देख जे ता कोई ले गया गिजू जो कट के ठीक है नहीं करे मुड़े हो जी आपां केड़ा कोई नुकसान कर दे चल बड़े भाई आपां तां होरी गल्लां लेके बह गए मैं जेड़ा तेनू लांबा देन आया गा लांबी है ये ठीक है ए गल ते गौर करी ओनु आउण दे भाई हां ओनु आउण दे अज मैं जाना मेरा काम जाने बस ठीक है फिर चंगा तेनू फोन करू मैं तू ट्रैक्टर ट्राली ला दी इथे पेटी वाले कोले तक कोई ना कोई ना कोई ना रख दे दी आउण दे मैं मड़ा इधर मैं मुंह देख ला बापे तो पुछा कढ़ाउंदी फिरदी आ कण चकाया मेरा है कण ता अज मैं कढ़ाऊं देखदा यार साल दी ना चकाई अज कर्म जी की अंदर ना कोई बाला नचाया बौली दुनिया किसी मर्जी मगर ला लो सही गल लुटन पैया जिन्ना मर्जी लुटी चलो अपना अमरीका कनेडा लोड़ ही नहीं अपन कि जान दी दो दिन आप बाजे बजाओ पैसे पैसे बौली आ पेड़ चाल कर लेंगे लोग गल होर भी सुन लो जे हुण किसी दे घरे जाणा है 21,000 तो घट ना लियो जमी रुपया नहीं लेना 21,000 डन कर दो ठीक है नाले ओ जिहड़ी अपनी हाथ फेरी कर देने दोनों लिहाज कर ਚੰਗਾ ਭਲਾ ਚੱਕੋ ਪੈਗ ਚੱਕੋ ਦਾਰੂ ਪੀ ਜਾੜਦਾ ਆਪੀ ਹਟ ਜੂ ਪੈਗ ਚੱਕੋ ਪੈਗ ਠੰਡ ਬਹੁਤ ਆ ਓਏ ਇਹਦੇ ਨਾਲ ਹੀ ਉਤਰੂ ਇਹ ਕਿੱਥੋਂ ਲੈ ਆਉ ਅੱਜ ਬਾਦਲ ਮੈਂ ਠੇਕੇ ਤੋਂ ਆਈ ਅੱਜ ਇਹ ਖਲਾ ਜੱਜ ਸੂਰ ਤੇ ਆ ਜੇ ਨਾ ਡੰਗਰ ਪੁੱਛ ਵੀ ਦੋ ਢੋਲੀਆਂ ਸਪਰੇ ਦੀਆਂ ਮਾਰਿਆ ਮੈਂ ਖੇਤ ਤੇ ਜੀ ਲੈ ਜੇ ਤਾਂ ਆਹ ਕੀ ਦੇਖਦਾ ਕੀ ਆ ਉੱਥੇ मेरी गल सुन ला दस कोई गया ना तू आपदा घर पट्टेगी नाले पट्टू जिहड़ी तेनू लेके जांदी आ हैं उत्थे जाके तू कर दियां कि फलाना बाबा धमका बाबा मेरे साला घरे दा कोई डक्का नहीं तोड़दा दारू पींदा कदों हरदा कदों पींदा सारा कुछ दसदा मैनू भला किनू पता हुंदा इन्ना कुछ वी 6 महीने जबले इहो जे बंदे पता कर लैंदे हुंदे ने सी आईडियां लै के इह कणकोणे सी वी पाउंदे रहे पहला जवानी परे सानू सारा पता तू मेथों जाड़ा ना कटा ली अज तो बाद जे देली टप्पियां लत बड के टंग दूं तेरी मैं बार ते मैं देख ला फिर मेथों नहीं तेरे ना कटे जाऊं मैं कहना कटणा मरूं जाड़ा ते मेरे के मां हां मैं तो भाई जाऊंगी जा बग जा ला भाई नी टाली ला तू कमरे कोले मैं लदा सामान तेरा ऐ बाबा हटा दूं मैनू पीणो देख ला मलकीत देख रहा सयाना बन गया मलकीत दा मेरा साला कोठी पेगी मलकीत दी ओही जो गुल्लियां ने गल्लां करदियां मेरा साला तड़के की गए रिंगी जाती है उन्होंने टोपी लेगी माई की लाठी की थी वह भी छोटे नाल ही थी हथ ने उन्होंने बंबली बनती देखी तू हड्डा ना जाऊ कुकर मरू सच मेरे सली अंदर बग जा चज ने बाबा भाए ना तहा ना चक दे तेरा बाबा लिया तेरे बाबे नू जेड़े नू लियानी है तू बाबा हटा दू तेरे
ਬਾਬੇ ਹੁਰੀ ਤਾਂ ਮੇਰੇ ਸਾਲੇ ਆ ਨਹੀਂ ਪਤਾ 8-8 ਹਜ਼ਾਰ ਵਾਲੀ ਬੋਤਲ ਪੀਂਦੇ ਹੋਣ ਅਸੀਂ ਤਾਂ ਫੇਰ ਵੀ ਕੱਢ ਕੇ ਪੀਨੇ ਆ ਬੇ ਕਿਉਂ ਬੋਲਦਾ ਕਿਉਂ ਤੂੰ ਕੁੱਤੇ ਵਾਂਗੂ ਭੌਂਕ ਦੇਂਗਾ ਕਿਉਂ ਭੌਂਕਦਾ ਮੈਂ ਤਾਂ ਜਾਊਂਗੀ ਮੈਂ ਤਾਂ ਤੇਰੇ ਦੇਖਣੀ ਆ ਹੁਣ ਆਹ ਜਾਏਂਗੀ ਜਾਏਂਗੀ ਆ ਜਾ ਤੇਰੀ ਰੱਖ ਦੇ ਜੀ ਮੈਂ ਲਾਉਣਾ ਤੇਰੀ ਪੇਕੀ ਲੈ ਦੇਖ ਲੈ ਨਹੀਂ ਮੈਂ ਲਾਉਣਾ ਚੰਬ ਲਿਆ ਹੋਇਆ ਇਹ ਨਹੀਂ ਸੁਧਰਦਾ ਇਹ ਤਾਂ ਜਮਾ ਨਹੀਂ ਸੁਧਰਦਾ ਬੋਲਣਾ ਨਹੀਂ ਸੁਧਰਨਾ ਤੂੰ ਬੋਲਣਾ ਨਹੀਂ ਹਾਂ ਬੋਲਣਾ ਨਹੀਂ ਹੱਦੀ ਨਾਲੇ ਹੋਰ ਦੇਖ ਲੈ ਬਸ ਆ ਚੱਜ ਰਹਿ ਗਏ ਮਰਨੇ ਕੋਈ ਆ ਚੱਜ ਰਹਿ ਗਏ ਪਈ ਨਹੀਂ ਤੇਰੀ ਦੀ